ਇਹ ਸਿੰਘ ਗੁਰਦਾਸਪੁਰ ਤੋਂ ਆਇਆ ਪਿੰਡ ਚੀਮਾ ਖੁੱਡੀ ਤੋਂ। ਦੇਖੋ ਇਹ ਅਪਾਹਜ ਹੈ ਵੀਰ, ਇਹ 3-ਵੀਲਰ ਹੱਥ ਨਾਲ ਚਲਾਉਣ ਵਾਲੀ ਜੋ ਰਿਕਸ਼ਾ ਰੇਹੜੀ ਹੈ ਇਹਦੇ 'ਤੇ ਹੀ ਚੱਲ ਕੇ ਆਇਆ। ਗੱਲ ਕਰਦੇ ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿੱਡੀ ਦੂਰ ਤੋਂ ਚੱਲ ਕੇ ਆਇਆ ਇਹ, ਅਤੇ ਅਸੀਂ ਘਰਾਂ ਦੇ ਵਿੱਚ ਸੁੱਤੇ ਰਹਿੰਦੇ ਹਾਂ, ਤੰਦਰੁਸਤ ਹੁੰਦੇ ਹੋਏ ਸਾਰਾ ਕੁਛ ਹੱਥ ਪੈਰ ਸਾਡੇ ਸਲਾਮਤ ਨੇ, ਪਰ ਅਸੀਂ ਘਰਾਂ ਦੇ ਵਿੱਚ ਸੁੱਤੇ ਰਹਿੰਦੇ ਹਾਂ। ਇਸ ਵੀਰ ਨਾਲ ਗੱਲ ਕਰਦੇ ਹਾਂ। ਕੀ ਨਾਮ ਹੈ ਵੀਰ ਜੀ? ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਆਪਣਾ? ਆਪਣਾ ਨਾਮ ਜੀ ਜਸਵੀਰ ਸਿੰਘ। ਜਸਵੀਰ ਸਿੰਘ, ਹਾਂਜੀ ਹਾਂਜੀ। ਕਿਹੜਾ ਪਿੰਡ ਹੈ ਜੀ ਆਪਣਾ? ਆਪਣਾ ਸ੍ਰੀ ਹਰਬਿੰਦਪੁਰ ਲੱਗੇ ਚੀਮਾ ਖੁੱਡੀ ਜੀ। ਚੀਮਾ ਖੁੱਡੀ ਜੀ, ਹਾਂਜੀ ਹਾਂਜੀ। ਠੀਕ ਹੈ ਜੀ। ਕਦੋਂ ਆਏ ਹੋ ਜੀ ਉੱਤੇ? ਤੁਸੀਂ ਇੱਥੇ ਮੋਰਚੇ ਦੇ ਵਿੱਚ? ਜੀ ਇੱਥੇ ਐਤਵਾਰ ਪਹੁੰਚਿਆ ਜੀ। ਐਤਵਾਰ ਜੀ? ਹਾਂਜੀ, ਤੁਰਿਆ ਵੀਰਵਾਰ ਜੀ ਤੇ ਐਤਵਾਰ। ਕੀ ਕਹੋਗੇ ਜੀ ਮੋਰਚੇ ਬਾਰੇ? ਜੀ ਮੋਰਚੇ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਸਾਰੇ ਵੀਰ ਭਰਾਉਣ ਜਿੱਦਾਂ ਤੁਸੀਂ ਬੇਨਤੀ ਕੀਤੀ ਹੈ, ਮੈਂ ਵੀ ਇੱਥੇ ਬੇਨਤੀ ਕਰਦਾ ਕਿ ਹਰ ਬੰਦੇ ਦਾ, ਹਰ ਇਨਸਾਨ ਦਾ ਫਰਜ਼ ਬਣਦਾ ਇਹ ਮੋਰਚੇ ਦੇ ਸਾਂਝੇ 'ਤੇ ਪਹੁੰਚਣਾ ਚਾਹੀਦਾ ਜੀ। ਠੀਕ ਹੈ ਜੀ, ਠੀਕ ਹੈ ਜੀ। ਅਤੇ ਤੁਹਾਡੇ ਬਚਪਨ ਤੋਂ ਹੀ ਪੈਰ? ਨਹੀਂ, ਮੈਂ ਉਦੋਂ 4-5 ਸਾਲ ਦਾ ਜਦੋਂ ਇੱਦਾਂ ਛੋਟੇ ਹੁੰਦੇ। ਅੱਛਾ ਜੀ, ਅਤੇ 4-5 ਸਾਲ ਦੀ ਉਮਰ ਦੇ ਵਿੱਚ ਪੈਰ ਖੜ ਗਏ ਸੀ? ਪਹਿਲਾਂ ਸਹੀ ਸੀ ਜੀ? ਹਾਂਜੀ, ਪਹਿਲਾਂ ਸਹੀ। ਠੀਕ ਹੈ ਜੀ, ਬੜੀ ਚੜ੍ਹਦੀ ਕਲਾ ਜੀ ਤੁਸੀਂ ਪਹੁੰਚੋ। ਅਤੇ ਜਿਹੜੇ ਤੰਦਰੁਸਤ ਨੇ ਪਰ ਮੋਰਚੇ ਦੇ ਵਿੱਚ ਪਹੁੰਚ ਨਹੀਂ ਰਹੇ, ਕੋਈ ਨਾ ਕੋਈ ਬਹਾਨਾ ਬਣਾ ਕੇ ਘਰ ਬੈਠੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਯਾਰ ਦੇਖੋ, ਕਹਿਣਾ ਤਾਂ ਹੁਣ ਕੋਈ ਨਹੀਂ। ਵੇਖੋ, ਮੈਂ ਨਾ ਮੈਨੂੰ ਪੈਂਦੇ 4-5 ਮੈਨੂੰ ਲਾਰਾ ਲਾਉਂਦੇ ਵੀ ਅੱਜ ਜਾਂਦੇ ਆ, ਕੱਲ੍ਹ ਜਾਂਦੇ ਹਾਂ, ਪਰ ਜਦੋਂ ਮੇਰਾ ਇਰਾਦਾ ਆਪਣਾ ਬਣਿਆ ਤਾਂ ਮੇਰੇ ਕੋਲ ਫਿਰ ਨਹੀਂ ਰਿਹਾ ਗਿਆ। ਠੀਕ ਹੈ ਜੀ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਫਿਰ ਪਹੁੰਚੇ ਹੀ ਲਾਪਸ਼ੀਲਾ ਕਰੋ ਮਹਾਰਾਜ, ਆਪੇ ਕੋਈ ਨਾ ਕੋਈ ਢੋ ਮਿਲਾ ਬਣ ਜਾਂਦਾ। ਹਾਂਜੀ ਹਾਂ, ਹੋਰ ਪਾਓ ਕਰੋ ਹੌਸਲਾ ਕਰਕੇ ਬਸ। ਹਾਂ, ਜਿਨ੍ਹਾਂ ਨੇ ਪਹੁੰਚਣਾ ਉਹਨਾਂ ਨੇ ਪਹੁੰਚੇ ਜਾਣਾ ਜੀ। ਬਾਕੀ ਕੋਈ ਵੀ ਰਾਹ ਪਰੀ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲਾਂ ਮੈਨੂੰ ਹੀ ਆਉਣੀਆਂ ਸੀ। ਹਾਂ ਜੀ, ਹਾਂ, ਮੇਰੀ ਕਿਰਪਾ ਨਾਲ ਮੁਸ਼ਕਲ ਨਹੀਂ ਕੋਈ ਵੀ ਆਈ। ਠੀਕ ਹੈ, ਇਹ ਮੁਸ਼ਕਲ ਦਾ ਮੈਨੂੰ ਕੋਈ ਸਾਹਮਣਾ ਨਹੀਂ ਕਰਨਾ ਪਿਆ। ਆਪ ਸਹਾਈ ਹੁੰਦਾ ਜੀ, ਇਹ ਤਾਂ ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ, ਜਿਹੜਾ ਸੱਚੇ ਮਨ ਨਾਲ ਪਹੁੰਚੂਗਾ ਵਾਹਿਗੁਰੂ ਆਪੇ ਲੈ ਕੇ ਆਊਗਾ। ਆਪ ਲੈ ਕੇ ਹੁੰਦਾ ਜੀ, ਆਪ। ਤੇ ਮੋਰਚਾ ਜਿੱਤ ਕੇ ਜਾਓਗੇ ਜੀ? 100% ਜੀ ਮਹਾਰਾਜ, ਜਿੱਤਾਂਗੇ ਹਰ ਹੱਥ। ਠੀਕ ਹੈ, ਠੀਕ ਹੈ ਜੀ, ਚੰਗਾ ਜੀ, ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕੀ ਫਤਿਹ।